ਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਲੋ ਜੀ ਸਫਾਈਆਂ ਹਰ ਘਰੇ ਘਰੇ ਚੱਲ ਰਹੀਆਂ ਐ ਅੱਜ ਮੈਂ ਵੀ ਮੰਜਿਆਂ ਦੇ ਕੱਪੜੇ ਧੋਤੇ ਸੀ ਤੇ ਇਹ ਮੈਂ ਨਵੇਂ ਬਣਾਏ ਨੇ ਅਜਮੈ ਤੁਹਾਨੂੰ ਮੰਜੇ ਦਾ ਕਵਰ ਹੈਗਾ ਜੀ ਜਿਹੜਾ ਇਹ ਬਣਾਇਆ ਪਰ ਦੇਖੋ ਇੱਕੋ ਹੀ ਸੀਨ ਸੀ ਇਸ ਕਰਕੇ ਮੈਂ ਤੁਹਾਨੂੰ ਦਿਖਾ ਹੀ ਨਹੀਂ ਪਰ ਮੈਂ ਤੁਹਾਨੂੰ ਦੱਸ ਜ਼ਰੂਰ ਦਿੰਨੀ ਆ ਜੀ ਆਪਾਂ ਮੰਜੇ ਦਾ ਕਪੜਾ ਲੈਤਾ ਸੀ 2.5 ਮੀਟਰ ਇਹ ਕਪੜਾ ਜੀ ਕਿਉਂਕਿ ਆਪਣੇ ਮੰਜੇ ਦੇ ਦੌਣਾ ਨਹੀਂ ਹੈਗੀਆਂ ਦੇਖੋ ਇੱਕ ਸਾਈਡ ਤੋਂ ਓਪਨ ਰੱਖਿਆ ਜੀ ਵੈਸੇ ਇਹ ਗੋਲ ਕਪੜਾ ਹੁੰਦਾ ਤੇ ਇੱਕ ਸਾਈਡ ਤੇ ਸੀਨ ਆਪਾਂ ਲਗਾ ਕੇ ਤੇ 3-3 4-4 ਇੰਚ ਦੀ ਆਪਾਂ ਇਸ ਤਰ੍ਹਾਂ ਛੱਡਤਾ ਸੀ ਤਾਂ ਜੋ ਜਿਹੜੇ ਇਹਦੇ ਵਿੱਚ ਦੀ ਪਾਵੇ ਨੇ ਜੀ ਆਪਣੇ ਆਪਾਂ ਇਹਦੇ ਵਿੱਚ ਪਾਵੇ ਪਾ ਕੇ ਫੇਰ ਹੀ ਇਹ ਕਵਰ ਮਤਲਬ ਕਿ ਛੜਦਾ ਹੁੰਦਾ ਮੰਜੇ ਤੇ ਆਪਾਂ ਤੁਹਾਨੂੰ ਦੇਖੋ ਚੜਾ ਕੇ ਵੀ ਦਿਖਾ ਦਿੰਨੇ ਆ ਜੀ ਇਸ ਤਰ੍ਹਾਂ ਹੀ ਕਵਰ ਕਿਉਂਕਿ ਅੱਜ ਕੱਲ ਜਿਹੜੇ ਕਵਰ ਹੈ ਜੀ ਦੇਖੋ ਇਹ ਇਸ ਤਰ੍ਹਾਂ ਮਤਲਬ ਕਿ ਕਪੜਾ ਗੋਲ ਹੀ ਮਿਲਦਾ ਹੈ ਸਿਰਫ ਆਪਾਂ ਨੂੰ ਇੱਕ ਸੀਨ ਲਗਾਉਣੀ ਪੈਂਦੀ ਹੈ ਪਹਿਲਾਂ ਕੀ ਹੁੰਦਾ ਸੀ ਜੀ ਦੇਖੋ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਵੀ ਮੰਜੇ ਤੇ ਇਸ ਤਰ੍ਹਾਂ ਉਹਨਾਂ ਨੂੰ ਉਹ ਵੀ ਸੰਭਾਲ ਕੇ ਰੱਖਦੇ ਸੀ ਪਰ ਉਸ ਟਾਈਮ ਤੇ ਇੱਕ ਕਵਰ ਨਹੀਂ ਸੀ ਹੁੰਦੇ ਪਰ ਉਹ ਚਦਰਾਂ ਚੜਾਉਂਦੇ ਹੁੰਦੇ ਸੀ ਦੇਖੋ ਜਿਹੜੀਆਂ ਚਦਰਾਂ ਚੜਾਉਂਦੇ ਸੀ ਜੀ ਉਹ ਚਾਰੋਂ ਪਾਸੇ ਆਪਾਂ ਨੂੰ ਸੂਈ ਧਾਗੇ ਨਾਲ ਸੀਨ ਮਾਰਨੀ ਪੈਂਦੀ ਸੀ ਤੇ ਉਤੇ ਕਾਫੀ ਟਾਈਮ ਲੱਗ ਜਾਂਦਾ ਹੁੰਦਾ ਸੀ ਤੇ ਅੱਜ ਕੱਲ ਦੇਖੋ ਇਹ ਜਿਹੜੇ ਬਾਜ਼ਾਰ ਵਿੱਚੋਂ ਕਵਰ ਨੇ ਜੀ ਇਹ ਇਸ ਤਰ੍ਹਾਂ ਮਿਲਦੇ ਨੇ ਆਪਾਂ ਨੂੰ ਇੱਕੋ ਹੀ ਸੀਨ ਲਗਾਉਣੀ ਪੈਂਦੀ ਹੈ ਜਿਹੜਾ ਕਿ ਕਵਰ ਬਣ ਕੇ ਤਿਆਰ ਹੋ ਜਾਂਦਾ ਹੈ ਦੇਖੋ ਜੀ ਅਕਸਰ ਆਪਣੇ ਘਰਾਂ ਦੇ ਵਿੱਚ ਮੰਝੇ ਹੁੰਦੇ ਨੇ ਆਪਾਂ ਮੰਝਿਆਂ ਤੇ ਬੈਠਦੇ ਆਂ ਸਬਜ਼ੀ ਕੱਟਦੇ ਆਂ ਜਾਂ ਖਾਣਾ ਖਾਂਦੇ ਆਂ ਚਾਹ ਪਾਣੀ ਪੀਂਦੇ ਆਂ ਤਾਂ ਇਹਦੇ ਉੱਤੇ ਡੁੱਲ ਜਾਂਦਾ ਦੇਖੋ ਕੁਝ ਵੀ ਡੁੱਲ ਜੇ ਕੋਈ ਦਾੜ ਸਭ ਜੀ ਡੁੱਲੀ ਜੇ ਚਾਹ ਪਾਣੀ ਡੁੱਲੀ ਜੇ ਤੇ ਅਕਸਰ ਆਪਾਂ ਨੂੰ ਦੇਖੋ ਇਹ ਕੀ ਹੁੰਦਾ ਜੀ ਮੰਜੇ ਬੁੰਨੇ ਬਹੁਤ ਔਖੇ ਨੇ ਦੇੜ ਨੇ ਵੀ ਬਹੁਤ ਔਖੇ ਨੇ ਇੱਕ ਕਵਰ ਹੁੰਦਾ ਜਿਹੜਾ ਆਪਾਂ ਚੜਾਇਆ ਹੋਇਆ ਤੇ ਇਹਨੂੰ ਆਪਾਂ ਕਿਵੇਂ ਮਰਜੀ ਉਤਾਰ ਕੇ ਸਾਫ਼ ਕਰਕੇ ਦੁਬਾਰਾ ਫੇਰ ਚੜਾ ਸਕਦੇ ਹੁੰਦੇ ਨੇ ਦੇਖੋ ਜੀ ਇਹ ਜਿਹੜਾ ਕਵਰ ਹੈ ਆਪਾਂ ਸਾਨੂੰ ਚੜਾ ਕੇ ਇਸ ਤਰ੍ਹਾਂ ਦਿਖਾਤਾ ਇਹ ਦੇਖੋ ਮੰਜੇ ਤੇ ਪੂਰਾ ਆਉਣ ਵਧੀਆ ਫਿੱਟ ਫਿੱਟ ਆਏਗਾ ਤੇ ਹੁਣ ਆਪਾਂ ਕੀ ਕਰਨਾ ਜੀ ਸੂਈ ਧਾਗੇ ਦੇ ਨਾਲ ਹੁਣ ਆਪਾਂ ਜਿਹੜੀ ਮੂਰਲੀ ਸਾਈਡ ਹੈ ਦੋਨੇ ਪੀਸਾਂ ਨੂੰ ਬਰੋਬਰ ਕਰਕੇ ਆਪਾਂ ਇਸ ਤਰ੍ਹਾਂ ਦੋ ਨੀਚੇ ਵਾਲਾ ਪੀਸ ਤੇ ਉੱਪਰਲੇ ਪੀਸ ਨੂੰ ਐ ਇਕੱਠਾ ਕਰਕੇ ਤੇ ਆਪਾਂ ਸੂਈ ਧਾਗੇ ਦੇ ਨਾਲ ਇਹਨੂੰ ਸੀਦਾਂਗੇ ਦੇਖੋ ਇਸ ਤਰ੍ਹਾਂ ਇਹ ਕੀ ਹੁੰਦਾ ਜੀ ਇਹਦੇ ਨਾਲ ਆਪਣਾ ਮੰਜਾ ਦੇਖੋ ਸਾਫ਼ ਸੁਥਰਾ ਰਹਿੰਦਾ ਆਪਾਂ ਨੂੰ ਬਾਹਲੀ ਮਿਹਨਤ ਨਹੀਂ ਕਰਨੀ ਪੈਂਦੀ ਢੇੜਨੇ ਨਹੀਂ ਪੈਂਦੇ ਮੰਜੇ ਬਣਾਉਣੇ ਨਹੀਂ ਪੈਂਦੇ ਧੋਣੇ ਨਹੀਂ ਪੈਂਦੇ ਤੇ ਕਵਰ ਆਪਾਂ ਦੇਖੋ ਧੋ ਕੇ ਕਿਵੇਂ ਮਰਜ਼ੀ ਆਪਾਂ ਚੜਾ ਸਕਦੇ ਹੁੰਨੇ ਆ ਕਿਉਂਕਿ ਮੰਜੇ ਅਕਸਰ ਹੀ ਆਪਣੇ ਘਰਾਂ ਦੇ ਵਿੱਚ ਆਪਾਂ ਨੂੰ ਲੋੜ ਪੈਂਦੀ ਹੈ ਹਾਰਿਕ ਦੇ ਘਰੇ ਵਿੱਚ ਮੰਜੇ ਹੁੰਦੇ ਨੇ ਤੇ ਇਹ ਕਵਰ ਹੁੰਦੇ ਨੇ ਜਿਹੜੇ ਬਹੁਤ ਹੀ ਵਧੀਆ ਰਹਿੰਦੇ ਨੇ ਚੜਾਈ ਹੋਏ ਦੇਖੋ ਵੈਸੇ ਤਾਂ ਹਰ ਇੱਕ ਚੀਜ਼ ਤੇ ਅੱਜਕੱਲ ਕਵਰ ਚੜਦੇ ਨੇ ਕਿਉਂਕਿ ਆਪਾਂ ਨੂੰ ਇਹ ਇਹ ਸੰਭਾਲੇ ਜਾਂਦੇ ਆ ਇਹਦੇ ਨਾਲ ਦੇਖੋ ਮੰਜੇ ਤੇ ਕੋਈ ਸਿਰ ਚੀਜ਼ ਦਾ ਦਾਗ ਵਗੈਰਾ ਨਹੀਂ ਪੈਂਦਾ ਕਵਰ ਹੁੰਦਾ ਜਿਹੜਾ ਧੋ ਕੇ ਸਾਫ਼ ਸੁਥਰਾ ਹੋ ਜਾਂਦਾ ਤੇ ਇਹਦੇ ਨਾਲ ਆਪਣੇ ਮੰਜੇ ਵੀ ਸਾਫ਼ ਸੁਥਰੇ ਰਹਿੰਦੇ ਨੇ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ ਦੇਖੋ ਜੀ ਆਪਾਂ ਸਾਰੀ ਇਸ ਸੀਨ ਲਗਾ ਲਈਏ ਇੱਥੋਂ ਆਪਾਂ ਪੱਕਾ ਕਰਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਤਾਂ ਅੱਗੇ ਨੂੰ ਕੱਟ ਦਾਂਗੇ ਮੈਂ ਲੋ ਜੀ ਅੱਜ ਦੋ ਮੰਜਿਆਂ ਦੇ ਕਵਰ ਮਤਲਬ ਕਿ ਤਿਆਰ ਕੀਤੇ ਸੀ ਤੇ ਦੋਨੇ ਮੰਜਿਆਂ ਤੇ ਮੈਂ ਕਵਰ ਚੜਾਏ ਨੇ ਜੀ ਇਹ ਇੱਕ ਕਵਰ ਦਾ ਜਿਹੜਾ ਸੀਗਾ ਮੈਂ ਤੁਹਾਨੂੰ ਚੜਾ ਕੇ ਦਿਖਾਇਆ ਹੈਗਾ ਦੇਖੋ ਜੀ ਤੇ ਇਸੇ ਤਰ੍ਹਾਂ ਆਪਾਂ ਜਿਹੜਾ ਦੂਜਾ ਮੰਜਾ ਜੀ ਉਹਤੇ ਵੀ ਚੜਾਇਆ ਹੈਗਾ ਵੈਸੇ ਜੇ ਤੁਸੀਂ ਤੇ ਤਾਂ ਸੀ ਵੀ ਇਸ ਤਰ੍ਹਾਂ ਮਤਲਬ ਕਿ ਕਵਰ ਹੈਗਾ ਜੀ ਜਿਹੜਾ ਬਹੁਤ ਆਸਾਨੀ ਨਾਲ ਹੀ ਘਰੇ ਬਣ ਜਾਂਦਾ ਕਿਉਂਕਿ ਇੱਕ ਸੀਨ ਹੀ ਹੁੰਦੀ ਹੈ ਜਿਹੜੀ ਕਿ ਆਪਾਂ ਘਰੇ ਵੀ ਦੇਖੋ ਆਪਣੇ ਮਸ਼ੀਨ ਤੇ ਮਾਰ ਸਕਦੇ ਹੁੰਦੇ ਆ ਤੇ ਵੈਸੇ ਆਪਾਂ ਨਾ ਹੋਵੇ ਤਾਂ ਦੇਖੋ ਆਪਾਂ ਚਦਰਾਂ ਵੀ ਆਪਾਂ ਦੋਨੇ ਸਾਈਡ ਤੇ ਚਦਰਾਂ ਵੀ ਇਸ ਤਰ੍ਹਾਂ ਸੀਨਾ ਲਗਾ ਕੇ ਆਪਾਂ ਮੰਜੇ ਦਾ ਕਵਰ ਬਣਾ ਸਕਦੇ ਹੁੰਦੇ ਆ ਵੈਸੇ ਇਹ ਦੇਖੋ ਕਵਰ ਅੱਜ ਕੱਲ ਬਨੇ ਬਨਾਈ ਆਉਂਦੇ ਨੇ ਆਪਾਂ ਆਸਾਨੀ ਨਾਲ ਹੀ ਇਸ ਤਰ੍ਹਾਂ ਚੜ ਜਾਂਦਾ ਜੀ ਆਪਾਂ ਨੂੰ ਕੋਈ ਔਖਾ ਨਹੀਂ ਲੱਗਦਾ ਲੋ ਜੀ ਆਪਣਾ ਮੰਜੇ ਦਾ ਜਿਹੜਾ ਦੇਖੋ ਨੀਚੇ ਵਾਲੀ ਸਾਈਡ ਸੀ ਉਹ ਵੀ ਗੰਦਾ ਨਹੀਂ ਹੋਇਆ ਤੇ ਉੱਪਰ ਵਾਲੀ ਸਾਈਡ ਉਹ ਵੀ ਨਹੀਂ ਗੰਦਾ ਹੁੰਦਾ ਦੋਨੇ ਸਾਈਡਾਂ ਤੇ ਕਵਰ ਜਿਹੜਾ ਚੜਾਇਆ ਜਾਂਦਾ ਹੁੰਦਾ ਜੀ ਦੇਖੋ ਬਹੁਤ ਹੀ ਵਧੀਆ ਨਾਲ ਇਹ ਸੋਹਣੇ ਲੱਗਦੇ ਆ ਇਹਦੇ ਨਾਲ ਮੰਜੇ ਇਸ ਤਰ੍ਹਾਂ ਬਨੇ ਹੋਏ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ